Good afternoon, ma'am. Good afternoon, everyone. Good afternoon. My name is Sonia. Today I will discuss my experience in Codrity Technology. ਮੈਂ ਜਦੋਂ ਕੋਡਰੀ ਦੀ ਟੈਕਨੋਲੋਜੀ ਵਿੱਚ ਆਈ ਸੀ ਸੋ ਆਪਣੇ ਕਜ਼ਨ ਗੁਰਪ੍ਰੀਤ ਦੇ ਰਿਕਮੈਂਡ ਨਾਲ ਇੱਧਰ ਆਈ ਸੀਗੀ ਇੱਥੇ ਸੋ ਮੇਰਾ ਐਕਸਪੀਰੀਅੰਸ ਵੈਰੀ ਮਤਲਬ ਬਹੁਤ ਹੀ ਵਧੀਆ ਰਿਹਾ ਆ ਪਹਿਲਾਂ ਮੈਨੂੰ ਵਧੀਆ ਨਹੀਂ ਲੱਗਦਾ ਸੀਗਾ ਕੁਛ ਸਮਝ ਵੀ ਨਹੀਂ ਆਉਂਦੀ ਸੀ ਬਟ ਹੁਣ ਕਲਾਸਿਸ ਲਗਾਈਆਂ ਕਵਿਤਾ ਮੈਮ ਨੇ ਸਾਨੂੰ ਟਾਸਕ ਦਿੰਦੇ ਆ ਹੁਣ ਇਹ ਨਹੀਂ ਹੁੰਦਾ ਕਿ ਹਾਂ ਅਸੀਂ ਮਾਰਕਸ ਗੁੱਡ ਲੈਣੇ ਆ ਜਾਂ ਮੈਮ ਨੂੰ ਦਿਖਾਉਣਾ ਹੈ ਕਿ ਅਸੀਂ ਬੈਟਰ ਕਰ ਸਕਦੇ ਹਾਂ ਜਾਂ ਕੁਛ ਇੱਦਾਂ ਕਿ ਅਸੀਂ ਇੱਕ ਦੂਸਰੇ ਨੂੰ ਜਿੱਦਾਂ ਹੋਰ ਸਟੂਡੈਂਟ ਆ ਉਹਨਾਂ ਨੂੰ ਇਹ ਦਿਖਾਉਣਾ ਕਿ ਮੈਂ ਅਸੀਂ ਤੁਹਾਡੇ ਤੋਂ ਬੈਟਰ ਕਰ ਸਕਦੇ ਹਾਂ ਇੱਦਾਂ ਨਹੀਂ ਅਸੀਂ ਇਹਦੇ ਵਿੱਚ ਸਾਨੂੰ ਸਿਖਾਉਂਦੇ ਇਹਦੇ ਮਤਲਬ ਸਿੱਖਿਆ ਹੈ ਕਿ ਹਾਂ ਅਸੀਂ ਖੁਦ ਆਪਣੇ ਆਪ ਨੂੰ ਇੰਪਰੂਵ ਕਰਨਾ ਆ ਆਪਣੇ ਆਪ ਨੂੰ ਮਤਲਬ ਪਰੂਫ ਕਰਨਾ ਹੈ ਦੱਸਣਾ ਆ ਕਿ ਹਾਂ ਅਸੀਂ ਖੁਦ ਕਿੱਥੇ ਸਟੈਂਡ ਕਰਦੇ ਹਾਂ ਖੁਦ ਅਸੀਂ ਕੀ ਕਰ ਸਕਦੇ ਹਾਂ ਕਿਹੜਾ ਟਾਸਕ ਆ ਜਿਹੜਾ ਅਸੀਂ ਬਹੁਤ ਹੀ ਵਧੀਆ ਮਤਲਬ ਤਰੀਕੇ ਨਾਲ ਕਰ ਸਕਦੇ ਹਾਂ ਵੇ ਨਾ ਕਰ ਸਕਦੇ ਹਾਂ ਔਰ ਜਿਹੜੇ ਟਾਸਕ ਵਿੱਚ ਸਾਨੂੰ ਪ੍ਰੋਬਲਮ ਆਉਂਦੀ ਆ ਅਸੀਂ ਉਹ ਟਾਸਕ ਕਿੱਦਾਂ ਮਤਲਬ ਉਹਨੂੰ ਵਧੀਆ ਤਰੀਕੇ ਨਾਲ ਹੋਰ ਕਰ ਸਕਦੇ ਹਾਂ ਸਾਡੀ ਸੈਲਫ ਲਰਨਿੰਗ ਇਹਦੇ ਵਿੱਚ ਆ ਜਾਂਦੀ ਆ ਉਹਦੇ ਵਿੱਚ ਸਾਨੂੰ ਜਿੱਦਾਂ ਹੋਰ ਸੁਣਾਉਣ ਸਾਨੂੰ ਮੈਨੂੰ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਇਹ ਨਹੀਂ ਕਿ ਮੈਂ ਮਤਲਬ ਕਰਨ ਹੈ ਕਿਰਨ ਔਰ ਮੇਰੇ ਸਾਡੇ ਸਾਰੇ ਸਟੂਡੈਂਟਸ ਆ ਉਹ ਮੈਨੂੰ ਕਹਿ ਦਿੰਦੇ ਆ ਤੁਸੀਂ ਬਹੁਤ ਵਧੀਆ ਕਰਦੇ ਆ ਉੱਥੇ ਬੋਲਦੇ ਵਧੀਆ ਇੰਗਲਿਸ਼ ਸਪੀਕਿੰਗ ਮਤਲਬ ਤੁਹਾਡੀ ਵਧੀਆ ਚਲੋ ਵਧੀਆ ਲੱਗਦਾ ਕਿ ਹਾਂ ਉਹ ਮੈਨੂੰ ਐਪਰੀਸ਼ੀਏਟ ਕਰਦੇ ਆ ਵਧੀਆ ਲੱਗਦਾ ਆ ਬਟ ਮੈਂ ਵੀ ਇੱਥੇ ਆਣ ਕੇ ਸਿੱਖਿਆ ਉਹ ਮੈਨੂੰ ਕਹਿੰਦੇ ਤੁਸੀਂ ਕਿੱਥੋਂ ਸਿੱਖਿਆ ਤੁਸੀਂ ਪਹਿਲਾਂ ਇੰਗਲਿਸ਼ ਸਕੂਲ ਪੜ੍ਹਦੇ ਸੀਗੇ ਨੋ ਮੇਰਾ ਮੈਂ ਗੌਰਮੈਂਟ ਸਕੂਲ 'ਚ ਪੜ੍ਹੀ ਹਾਂ ਮੈਂ ਸਾਰਿਆਂ ਨੂੰ ਇਹਨਾਂ ਨੂੰ ਮਤਲਬ ਮੇਨ ਇਹੀ ਸੀ ਹਮੇਸ਼ਾ ਮੇਰੇ ਤੋਂ ਪੁੱਛਦੇ ਰਹਿੰਦੇ ਸੀਗੇ ਜਦੋਂ ਮੇਰੇ ਤਾਂ ਮੈਂ ਉੱਥੇ ਸਪੀਕਿੰਗ ਕਰਦੀ ਸੀ ਤੁਸੀਂ ਵਧੀਆ ਬੋਲਦੇ ਹੋ ਕਿੱਦਾਂ ਕਰਦੇ ਆ ਕਿੱਥੋਂ ਸਿੱਖਿਆ ਮੈਂ ਸਿਰਫ ਇੱਥੋਂ ਹੀ ਕੋਡਰੀਟੀ ਟੈਕਨੋਲੋਜੀ ਤੋਂ ਹੀ ਸਿੱਖਿਆ ਇੱਥੋਂ ਹੀ ਬੋਲਣਾ ਸਿੱਖਿਆ ਕਿੱਦਾਂ ਆਪਣੀ ਐਕਸਪ੍ਰੈਸ਼ਨ ਆ ਜਾਂ ਆਪਣੀ ਕੋਈ ਵੀ ਗੱਲ ਆ ਉਹ ਕਿੱਦਾਂ ਐਕਸਪਲੇਨ ਕਰਨੀ ਆ ਮੈਮ ਨੇ ਦੱਸਿਆ ਮੈਨੂੰ ਹੋਰ ਮੈਨੇ ਕਿਸੇ ਹੋਰ ਕਿਸੇ ਇੰਸਟੀਟਿਊਟ ਤੋਂ ਜਾਂ ਸਕੂਲ ਕਾਲਜ ਤੋਂ ਨਹੀਂ ਸਿੱਖਿਆ ਮੈਂ ਵੀ ਤੁਹਾਡੇ ਵਰਗੀ ਸੀ ਮੈਨੂੰ ਵੀ ਪਹਿਲਾਂ ਕੁਛ ਨਹੀਂ ਆਉਂਦਾ ਸੀਗਾ ਹੁਣ ਮੈਂ ਇੱਥੇ ਆਣ ਕੇ ਸਾਰਾ ਕੁਛ ਇਹ ਮੇਰੇ ਵਿੱਚ ਇੰਪਰੂਵਮੈਂਟਸ ਹੋਈਆਂ ਆ ਸਾਡੇ ਇੰਗਲਿਸ਼ ਕਲਾਸਿਸ ਜਿਹੜੀਆਂ ਬਹੁਤ ਹੀ ਵਧੀਆ ਆ ਸਾਨੂੰ ਟਾਸਕ ਉੱਥੇ ਮਿਲਦੇ ਆ ਸਾਰਿਆਂ ਨੂੰ ਰਾਈਟਿੰਗ ਟਾਸਕ ਹੁੰਦਾ ਲਿਸਨਿੰਗ ਟਾਸਕ ਹੁੰਦਾ ਸਪੀਕਿੰਗ ਟਾਸਕ ਹੁੰਦਾ ਸਾਰਿਆਂ ਦਾ ਸਾਡਾ ਸੋ ਕਲਾਸਿਸ ਦੇ ਵਿੱਚ ਜਿੱਦਾਂ ਸਾਡਾ ਵਧੀਆ ਆ ਸਾਰਿਆਂ ਨੂੰ ਜੇ ਸਾਨੂੰ ਨਹੀਂ ਸਮਝ ਆਉਂਦਾ ਇੱਕ ਕਹਿ ਦਿੰਦੇ ਆ ਕਿ ਤੁਹਾਨੂੰ ਮੈਂ ਸਾਨੂੰ ਐਕਸਪਲੇਨ ਕਰਕੇ ਦੱਸ ਦਿੰਦੇ ਕਿ ਹਾਂ ਅਸੀਂ ਇਹਨੂੰ ਇੱਦਾਂ ਕਿੱਦਾਂ ਕਰ ਸਕਦੇ ਹਾਂ ਜਾਂ ਇਹਨੂੰ ਕਿੱਦਾਂ ਰਾਈਟ ਕਰਨਾ ਜਾਂ ਸਪੀਕ ਕਰਨਾ ਕੋਈ ਵੀ ਪ੍ਰੋਬਲਮ ਆ ਸਾਨੂੰ ਦੱਸ ਦਿੰਦੇ ਕਲਾਸਿਸ ਸਾਡੀਆਂ ਬਹੁਤ ਹੀ ਜ਼ਿਆਦਾ ਬੈਸਟ ਆ ਪਹਿਲਾਂ ਜਦੋਂ ਮੈਂ ਇੰਗਲਿਸ਼ ਬੋਲਦੀ ਸੀਗੀ ਮਤਲਬ ਮੈਂ ਸੋਚਦੀ ਹੁੰਦੀ ਸੀ ਕਿ ਮੈਂ ਇੰਗਲਿਸ਼ ਬੋਲਣੀ ਆ ਸਾਰਾ ਕੁਛ ਇੰਗਲਿਸ਼ ਵਿੱਚ ਹੀ ਸੋਚਾਂ ਬੋਲਾਂ ਸਾਰਿਆਂ ਨਾਲ ਮਤਲਬ ਆਪਣੇ ਥੋਟਸ ਵਿੱਚ ਸੀਗਾ ਕਿ ਮੈਂ ਸਾਰਿਆਂ ਨਾਲ ਇੰਗਲਿਸ਼ 'ਚ ਗੱਲ ਕਰਦੀ ਪਈ ਹਾਂ ਬਟ ਨਹੀਂ ਹੁਣ ਜਦੋਂ ਸਾਨੂੰ ਕਲਾਸ 'ਚ ਵੀ ਮੈਮ ਕਹਿੰਦੇ ਆ ਕਿ ਕਿਸੇ ਨੇ ਕਿਸੇ ਨੂੰ ਕੋਈ ਵੀ ਗੱਲ ਕਹਿਣੀ ਆ ਕੋਈ ਵੀ ਟੋਪਿਕ ਆ ਕੁਛ ਵੀ ਗੱਲ ਆ ਉਹ ਇੰਗਲਿਸ਼ 'ਚ ਹੀ ਗੱਲ ਕਰੋ ਕਿਸੇ ਨੇ ਇੰਗਲਿਸ਼ ਕਲਾਸ ਟਾਈਮ 'ਤੇ ਪੰਜਾਬੀ ਨਹੀਂ ਯੂਜ਼ ਕਰਨੀ ਜਾਂ ਹਿੰਦੀ ਨਹੀਂ ਯੂਜ਼ ਕਰਨੀ ਸਿਰਫ ਅਸੀਂ ਇੰਗਲਿਸ਼ 'ਚ ਹੀ ਗੱਲ ਕਰਨੀ ਆ ਕੁਛ ਵੀ ਪੁੱਛਣਾ ਕਿਸੇ ਨੂੰ ਕੋਈ ਕੁਐਸਚਨ ਆ ਕੋਈ ਆਨਸਰ ਆ ਕੋਈ ਕਿਸੇ ਤੋਂ ਚੀਜ਼ ਮੰਗਣੀ ਆ ਕਿਸੇ ਦੀ ਹੈਲਪ ਸਾਨੂੰ ਚਾਹੀਦੀ ਆ ਉਹ ਸਾਰਾ ਕੁਛ ਇੰਗਲਿਸ਼ 'ਚ ਹੀ ਹੋਣਾ ਚਾਹੀਦਾ ਆ ਔਰ ਇਹਦੇ ਨਾਲ ਹੀ ਅਸੀਂ ਆਪਣੀ ਇੰਗਲਿਸ਼ ਇੰਪਰੂਵ ਕਰ ਸਕਦੇ ਹਾਂ ਸੋ ਪਹਿਲਾਂ ਜਦੋਂ ਸੀਗਾ ਮੈਂ ਵੀ ਖੁਦ ਸੋਚਦੀ ਹੁੰਦੀ ਸੀ ਮੈਂ ਕਿਹਾ ਮੈਨੂੰ ਇੰਗਲਿਸ਼ ਆਉਣੀ ਜਾਂ ਨਹੀਂ ਆਉਣੀ ਪਤਾ ਨਹੀਂ ਬਟ ਹੁਣ ਮੈਂ ਆਪਣੇ ਘਰ ਵਿੱਚ ਵੀ ਬੋਲਦੀ ਹਾਂ ਆਪਣੇ ਬ੍ਰਦਰਸ ਆ ਉਹ ਮੇਰੇ ਫੋਰਨ ਗਏ ਹੋਏ ਆ ਉਹਨਾਂ ਨਾਲ ਮੈਂ ਗੱਲ ਕਰਦੀ ਹੁੰਦੀ ਹਾਂ ਉਹ ਹੁਣ ਵਧੀਆ ਕਹਿ ਦਿੰਦੇ ਆ ਇਹ ਮੈਨੂੰ ਵਧੀਆ ਲੱਗਦਾ ਆ ਕਿਉਂਕਿ ਮੈਨੂੰ ਖੁਦ ਨੂੰ ਵੀ ਪਤਾ ਆ ਮੈਨੂੰ ਖੁਦ ਵਿੱਚ ਵੀ ਮੇਰੇ ਕਾਫੀ ਮੈਨੂੰ ਲੱਗਦਾ ਕਿ ਚੇਂਜਿਸ ਆਏ ਆ ਕਾਫੀ ਮਤਲਬ ਮੇਰੇ ਟਾਸਕ ਆ ਜੋ ਮੈਂ ਖੁਦ ਲਿਖ ਸਕਦੀ ਹਾਂ ਮੈਨੂੰ ਸਮਝ ਆਉਂਦਾ ਆ ਹੁਣ ਸਪੀਕਿੰਗ ਬੋਲਦੇ ਆ ਮੈਮ ਜ਼ਿਆਦਾਤਰ ਸਾਨੂੰ ਕਹਿੰਦੇ ਆ ਕਿ ਐਡੀਟੋਰੀਅਲ ਇੰਗਲਿਸ਼ ਆ ਉਹਨਾਂ ਨੂੰ ਰੀਡ ਕਰਿਆ ਕਰੋ ਇੰਗਲਿਸ਼ ਨਿਊਜ਼ ਆ ਉਹ ਸੁਣੋ ਸੌਂਗ ਆ ਸੋ ਹੁਣ ਮੈਂ ਘਰ ਵਿੱਚ ਵੀ ਇੱਦਾਂ ਟਰਾਈ ਕਰਦੀ ਹਾਂ ਪਹਿਲਾਂ ਸਮਝ ਨਹੀਂ ਆਉਂਦੀਆਂ ਸੀ ਨਿਊਜ਼ ਮੈਂ ਕਹਿੰਦੀ ਹਾਂ ਵੀ ਸੁਣੀ ਜਾਓ ਬਟ ਸਮਝ ਨਹੀਂ ਆਉਂਦਾ ਸੀਗਾ ਬਟ ਹੁਣ ਜਦੋਂ ਅਸੀਂ ਫੋਕਸ ਨਾਲ ਸੁਣਦੇ ਹਾਂ ਉਸ ਮਤਲਬ ਸਾਰਾ ਕੁਛ ਹੁਣ ਇੰਗਲਿਸ਼ 'ਚ ਕਰਕੇ ਤਾਂ ਹੁਣ ਵਧੀਆ ਲੱਗਦਾ ਸੁਣਨਾ ਵੀ ਵਧੀਆ ਲੱਗਦਾ ਘਰ 'ਚ ਜਦੋਂ ਇੰਗਲਿਸ਼ ਨਿਊਜ਼ ਮੈਂ ਲਗਾਈ ਹੁੰਦੀ ਆ ਸਾਰੇ ਮੇਰੇ ਮਤਲਬ ਫੇਸ ਵੱਲ ਦੇਖਦੇ ਹੁੰਦੇ ਆ ਕਿ ਇਹ ਕੀ ਦੇਖੀ ਜਾਂਦੀ ਆ ਅਤੇ ਮੈਨੂੰ ਵਧੀਆ ਲੱਗਦਾ ਹੈ ਕਿ ਹਾਂ ਸਰ ਫਿਰ ਮੈਂ ਮੰਮੀ ਉਹਨਾਂ ਨੂੰ ਪਾਪਾ ਨੂੰ ਆਪਣੇ ਨੂੰ ਟ੍ਰਾਂਸਲੇਟ ਕਰਕੇ ਦੱਸਦੀ ਹਾਂ ਕਿ ਉਹ ਇੰਗਲਿਸ਼ ਦੇ ਵਿੱਚ ਇਹ ਸਭ ਕੁਛ ਬੋਲਦੇ ਪਏ ਆ ਅਤੇ ਫਿਰ ਤਾਂ ਸਾਡੇ ਇੱਦਾਂ ਨੇਬਰਸ ਆ ਉਹ ਵੀ ਆ ਜਾਂਦੇ ਆ ਇੱਦਾਂ ਮੈਂ ਨਿਊਜ਼ ਲਗਾਈ ਹੁੰਦੀ ਅਚਾਨਕ ਆ ਗਏ ਤਾਂ ਉਹ ਮੇਰੇ ਮੂੰਹ ਦੇਖਣ ਕਹਿੰਦੇ ਸੁਣ ਤੂੰ ਹਾ ਕੇ ਕਰਦੀ ਪਈ ਹਾਂ ਮੈਂ ਕਿਹਾ ਇੰਗਲਿਸ਼ ਨਿਊਜ਼ ਸੁਣਦੀ ਪਈ ਹਾਂ ਕਹਿੰਦੇ ਤਾਂ ਸਮਝ ਆਉਂਦੀ ਆ ਮੈਂ ਕਿਹਾ ਸਮਝ ਆਉਂਦੀ ਆ ਤਾਂ ਹੀ ਤਾਂ ਸੁਣਦੀ ਪਈ ਹਾਂ ਫਿਰ ਉਹਨਾਂ ਨੂੰ ਪੁੱਛਿਆ ਉਹ ਵੈਸੇ
ਕਾਫੀ ਐਜੂਕੇਟਡ ਆ ਉਹਨਾਂ ਨੂੰ ਪਤਾ ਸੀਗਾ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਬਟ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਹਾਂ ਮੈਂ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਦੀ ਪਈ ਹਾਂ ਅਤੇ ਉਹ ਫਿਰ ਆਏ ਉਹਨਾਂ ਨੇ ਮੈਨੂੰ ਪੁੱਛਿਆ ਔਰ ਜੋ ਮੈਂ ਉਹਨਾਂ ਨੇ ਨਿਊਜ਼ ਜਿੱਦਾਂ ਟੀ ਵੀ 'ਤੇ ਲੱਗੀਆਂ ਹੋਈਆਂ ਸੀਗੀਆਂ ਮੈਂ ਨਿਊਜ਼ ਸੁਣੀ ਉਹਨਾਂ ਨੂੰ ਟਰਾਂਸਲੇਟ ਕਰਕੇ ਦੱਸਿਆ ਤਾਂ ਉਹ ਮਤਲਬ ਕਾਫੀ ਮਤਲਬ ਖੁਸ਼ ਹੋਏ ਅਤੇ ਉੱਥੇ ਖੜ੍ਹੇ ਹੀ ਉਹਨਾਂ ਨੇ ਨਾ ਮੇਰੇ ਘਰ 'ਚ ਦਾ ਰੂਮ ਸੀਗਾ ਮੈਂ ਦਾ ਬੈਠੀ ਹੋਈ ਸੀ ਤਾਂ ਉਹਨਾਂ ਨੇ ਮੇਰੇ ਲਈ ਕਲੈਪਿੰਗ ਕੀਤੀ ਤਾਂ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਉਸ ਟਾਈਮ 'ਤੇ ਕਿ ਹਾਂ ਮਤਲਬ ਸਾਡੇ ਪਿੰਡ ਵਾਲੇ ਆ ਜਾਂ ਮੇਰੇ ਨੇਬਰਸ ਆ ਉਹਨਾਂ ਨੇ ਮੇਰੇ ਲਈ ਕਲੈਪਿੰਗ ਕੀਤੀ ਆ ਮੇਰੇ ਘਰ 'ਚ ਆ ਕੇ ਔਰ ਮੇਰੇ ਮੰਮੀ ਪਾਪਾ ਵੀ ਆ ਗਏ ਕਹਿੰਦੇ ਕੀ ਹੋ ਗਿਆ ਫਿਰ ਉਹਨਾਂ ਨੇ ਦੱਸਿਆ ਕਿ ਮੈਂ ਇਹਨੂੰ ਕੁਸ਼ਚਨ ਪੁੱਛੇ ਸੀ ਕਿ ਨਿਊਜ਼ 'ਚ ਕੀ ਦੱਸਦੇ ਆ ਫਿਰ ਉਹਨਾਂ ਨੇ ਇੱਦਾਂ ਸਾਰਾ ਦੱਸਿਆ ਅਤੇ ਮੰਮਾ ਪਾਪਾ ਵੀ ਹੱਸਦੇ ਸੀ ਬਟ ਉਹ ਵੀ ਉੱਦਾਂ ਫਨੀ ਜਿਹੀ ਮਤਲਬ ਕਿਹਾ ਕਿ ਚਲ ਗਏ ਹੋਰ ਇਹਨੂੰ ਆਉਂਦੀ ਆ ਆਉਂਦੀ ਉੱਥੇ ਇੰਗਲਿਸ਼ ਬਟ ਨਹੀਂ ਵਧੀਆ ਸੀਗਾ ਥੈਂਕ ਯੂ ਸੋ ਮਚ